ਪੰਜਾਬ ਦੀ ਹਰ ਖਬਰ ਨਿਰਪੱਖ ਤਰੀਕੇ ਨਾਲ ਜਾਣਨ ਲਈ ਸਾਡਾ ਚੈਨਲ ਸੱਚ ਦਾ ਸੁਨੇਹਾ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈੱਲ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰੋ। ਫਰੀਦਕੋਟ ਦੇ ਨੌਜਵਾਨਾਂ ਦੁਆਰਾ ਇੱਕ ਅਨੋਖੀ ਰੈਲੀ ਕੱਢ ਕੇ ਲੋਕਾਂ ਨੂੰ ਨਸ਼ੇ ਖਿਲਾਫ਼ ਲੜਨ ਲਈ ਜਾਗਰੂਕ ਕੀਤਾ ਗਿਆ। ਦਰਅਸਲ ਜੀਰਕਪੁਰ ਦੇ ਸੇਠੀ ਢਾਬਾ ਦੇ ਮਾਲਕ ਜੋ ਸੰਗੀਤ ਪ੍ਰੇਮੀ ਹਨ, ਉਹਨਾਂ ਦੁਆਰਾ ਪੰਜਾਬ ਵਿੱਚ ਨਸ਼ੇ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੀ ਜਨਤਾ ਨੂੰ ਨਸ਼ੇ ਖਿਲਾਫ਼ ਜਾਗਰੂਕ ਕਰਨ ਦਾ ਅਤੇ ਨੌਜਵਾਨਾਂ ਨੂੰ ਨਸ਼ਾ ਛੱਡ ਨਵੀਂ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨ ਦਾ ਬੀੜਾ ਚੁੱਕਿਆ ਹੈ। ਉਹਨਾਂ ਦੁਆਰਾ ਆਪਣੇ ਬੈਂਡ ਨਾਲ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਉੱਥੋਂ ਦੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਇੱਕ ਰੈਲੀ ਦੀ ਸ਼ਕਲ ਵਿੱਚ ਸ਼ਹਿਰ ਭਰ ਦੇ ਲੋਕਾਂ ਨੂੰ ਨਸ਼ੇ ਖਿਲਾਫ਼ ਜਾਗਰੂਕ ਹੀ ਨਹੀਂ ਬਲਕਿ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ ਅਤੇ ਇੱਕ ਅਨੋਖੇ ਤਰੀਕੇ ਨਾਲ ਨਸ਼ੇ ਛਡਾਉਣ ਦੀ ਸਲਾਹ ਦਿੰਦੇ ਹਨ। ਲੋਕਾਂ ਵੱਲੋਂ ਉਹਨਾਂ ਦੀ ਇਸ ਮੁਹਿੰਮ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਫਰੀਦਕੋਟ ਵਿੱਚ ਵੀ ਉਹਨਾਂ ਦੁਆਰਾ ਰੈਲੀ ਕੱਢੀ ਗਈ ਜਿਸ ਵਿੱਚ ਸ਼ਹਿਰ ਦੇ ਨੌਜਵਾਨ ਅਤੇ ਸਮਾਜ ਸੇਵੀ ਸ਼ਾਮਲ ਹੋਏ। ਦੇਖੋ ਜੀ, ਮੈਂ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਾਂ। ਗੁਰੂਆਂ ਦੀਬਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਔਰ ਸਾਡੇ ਦਾਦੇ ਪੜਦਾਦੇ ਆਪਣੀ ਜ਼ਮੀਨ ਦੀਆਂ ਬਹੁਤ ਗੱਲਾਂ ਕਰਦੇ ਰਹੇ ਨੇ ਸਾਡੇ ਨਾਲ ਔਰ ਉਹੀ ਜੀ ਗੱਲ ਤਾਂ ਹੋਈ ਆ ਕਿ ਇਹਨਾਂ ਜੀ ਸਾਡੀਆਂ ਰਗਾਂ ਦੇ ਵਿੱਚ ਸ਼ਹੀਦਾਂ ਦੀ ਕੌਮਾਂ ਦਾ ਖੂਨ ਦੌੜ ਰਿਹਾ ਔਰ ਅੱਜ ਕੱਲ੍ਹ ਜਿਵੇਂ ਰੋਜ਼ ਅਸੀਂ ਅਖਬਾਰਾਂ 'ਚ ਪੜ੍ਹ ਰਹੇ ਹਾਂ ਜੀ, ਕੋਈ ਨਸ਼ਿਆਂ ਦੇ ਕਰਕੇ ਤਰਨ ਤਾਰਨ ਦੇ ਵਿੱਚ 5 ਮੌਤਾਂ ਹੋ ਗਈਆਂ, ਕਦੇ ਜਲੰਧਰ, ਕਦੇ ਅੰਮ੍ਰਿਤਸਰ, ਰੋਜ਼ ਤੁਹਾਡੇ ਸਾਹਮਣੇ ਆ ਜੀ ਆ ਜਿਹੜੇ ਵੀ ਮੈਨੂੰ ਦੇਖ ਰਹੇ ਹੋ। ਔਰ ਮੇਰਾ ਵੀ ਜਾਂ ਆਪਣੇ ਇੱਕ ਯਾਰ ਦੋਸਤ ਸੀਗਾ ਜੀ, ਖੈਰ ਮੈਂ ਹੁਣ ਉਹਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਹੈਗਾ, ਉਹ ਵੀ ਮੇਰਾ ਬਚਪਨ ਦਾ ਯਾਰ ਸੀ ਔਰ ਉਹਦਾ ਵਿਆਹ ਹੋਣ ਵਾਲਾ ਸੀਗਾ ਜੀ ਅਗਲੇ ਮਹੀਨੇ, ਅਤੇ ਉਹ ਚਿੱਟੇ ਅਤੇ ਸਮੈਕ ਦੇ ਵਿੱਚ ਪੈ ਗਿਆ ਔਰ ਐਸੀ ਉਹਦੀ ਹਾਲਤ ਹੋਈ ਕਿ ਹੋਸਪਿਟਲ 'ਚ ਐਡਮਿਟ ਹੋਇਆ ਔਰ ਡਾਕਟਰਾਂ ਨੇ ਕਿਹਾ ਵੀ ਇਹ ਅੰਦਰੋਂ ਬਿਲਕੁਲ ਖਤਮ ਹੋ ਚੁੱਕਿਆ, ਵੱਧ ਤੋਂ ਵੱਧ 1 ਮਹੀਨੇ ਦਾ ਮਹਿਮਾਨ ਹੈ ਜੀ। ਔਰ ਸੱਚੀ ਗੱਲ ਹੋਈ ਜੀ, ਉਹ 1 ਮਹੀਨੇ ਬਾਅਦ ਹੀ ਉਹ ਦੁਨੀਆ ਤੋਂ ਇੱਥੋਂ ਰੁਖਸਤ ਹੋ ਗਿਆ ਔਰ ਮੈਨੂੰ ਬੜਾ ਦੁੱਖ ਲੱਗਿਆ ਜੀ। ਸਾਡੇ ਨੌਜਵਾਨ ਮੁੰਡੇ, ਮੈਂ ਅਕਸਰ ਨਸ਼ੇੜੀਆਂ ਨਸ਼ੋੜੀਆਂ ਦੇ ਨਾਲ ਕਈ ਵਾਰੀ ਅਸੀਂ ਉੱਠੀ ਦਾ ਬੈਠੀ ਦਾ ਉਹਨਾਂ ਦੀਆਂ ਗੱਲਾਂ ਸੁਣੀਦੀਆਂ ਨੇ, ਉਹ ਇਹ ਕਹਿੰਦੇ ਨੇ ਜੀ ਜਿਹੜਾ ਅੱਜ ਕੱਲ੍ਹ ਚਿੱਟਾ ਅਤੇ ਸਮੈਕ ਆ ਰਹੀ ਹੈ ਉਹ ਹਾਥੀ ਨੂੰ ਬੇਹੋਸ਼ ਕਰਨ ਵਾਲੀਆਂ ਦਵਾਈਆਂ ਨੇ ਜੀ, ਮੱਝਾਂ ਨੂੰ ਰਲ ਲਗਾਉਣ ਵਾਲੇ ਟੀਕੇ ਨੇ, ਉਹਨਾਂ ਦੇ ਵਿੱਚ ਇਹ ਪ੍ਰੋਕਸੀਵਨ ਦੇ ਕੈਪਸੂਲ, ਲਿਮੋਟਿਨ ਦੀਆਂ ਗੋਲੀਆਂ, ਐਲਪ੍ਰੈਕਸ ਦੀਆਂ ਗੋਲੀਆਂ ਨੀਂਦ ਵਾਲੀਆਂ, ਇਹ ਪੀਸ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਕੇ ਜੀ 3-4 ਹਜ਼ਾਰ ਰੁਪਏ 'ਚ ਵੇਚਿਆ ਜਾ ਰਿਹਾ, ਜਿਹਦੇ ਕਰਕੇ ਇੰਨੀਆਂ ਮੌਤਾਂ ਹੋ ਰਹੀਆਂ ਨੇ। ਸੋ ਮੇਰਾ ਮਿਸ਼ਨ ਹੈ ਜੀ ਇਹ ਕਿ ਮੈਂ ਸਭ ਕੁਝ ਆਪਣੇ ਖਰਚੇ 'ਤੇ ਕਰ ਰਿਹਾ ਜੀ, ਇਹ ਸਿਸਟਮ ਲਗਵਾਇਆ ਹੋਇਆ ਮੈਂ ਔਰ ਅਸੀਂ ਹਰ ਸ਼ਹਿਰ ਦੇ ਵਿੱਚ ਜਾਂਦੇ ਹਾਂ ਔਰ ਉਸੇ ਸ਼ਹਿਰ ਦੇ ਵਿੱਚ ਕੋਈ ਨੁਮਾਇੰਦਾ ਹੁੰਦਾ ਜੀ, ਉਹ ਸ਼ਹਿਰ ਦਾ ਕੋਈ ਨਾਮੀ ਬੰਦਾ ਜਿਨ੍ਹਾਂ ਦਾ ਰਸੂਖ ਹੋਵੇ ਸ਼ਹਿਰ ਦੇ ਵਿੱਚ, ਜਿਵੇਂ ਸਾਡੇ ਸਤੀਸ਼ ਗਰੋਵਰ ਸਾਹਿਬ, ਅਨੂਪ ਜੀ, ਅਸੀਂ ਇਸ ਤਰੀਕੇ ਦੇ ਬੰਦਿਆਂ ਨੂੰ ਅਸੀਂ ਮੈਸੇਜ ਦੇ ਦਿੰਦੇ ਹਾਂ ਕਿ ਅਸੀਂ ਤੁਹਾਡੇ ਉੱਥੇ ਸ਼ਹਿਰ 'ਚ ਪ੍ਰੋਗਰਾਮ ਕਰਨਾ, ਜੇ ਖਰਚਾ ਕੋਈ ਨਹੀਂ ਕਰਾਉਣਾ ਕਿਸੇ ਦਾ, ਇਹ ਅਸੀਂ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਈਏ ਔਰ ਸਰਕਾਰਾਂ, ਲੋਕ ਕਹਿੰਦੇ ਜੀ ਸਰਕਾਰਾਂ ਦਾ ਕਸੂਰ ਆ, ਸਰਕਾਰਾਂ ਨੇ ਇਹ ਕਰਤਾ, ਸਰਕਾਰਾਂ ਚਿੱਟਾ ਕਰਤਾ, ਤਾਂ ਕੋਈ ਸਰਕਾਰਾਂ ਦਾ ਮੇਰੇ ਹਿਸਾਬ ਦੇ ਨਾਲ ਇਹ 'ਚ ਕੋਈ ਕਸੂਰ ਨਹੀਂ ਹੋਣਾ ਚਾਹੀਦਾ। ਹੁਣ ਸਾਡੇ ਦੇਸ਼ ਦੇ ਹੀ ਸੌਦਾਗਰ ਨਸ਼ਿਆਂ ਦੇ, ਦੇਸ਼ ਦਰੋਹੀ ਇਹੋ ਜਿਹੇ ਲੋਕਾਂ ਨੂੰ ਤਾਂ ਜੀ ਮੈਂ ਆਪਣਾ ਦੇਸ਼ ਦਰੋਹੀ ਕਹੂੰਗਾ, ਜਿਹੜੇ ਸਾਡੀਆਂ ਨਸਲਾਂ ਨੂੰ ਖਰਾਬ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਕੈਮੀਕਲ ਵੇਚ ਵੇਚ ਕੇ ਸਾਡੇ ਨੌਜਵਾਨ ਮੁੰਡਿਆਂ ਨੂੰ ਪਿਲਾ ਰਹੇ ਨੇ ਔਰ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ, ਇਸ ਤੋਂ ਵੱਡਾ ਪਾਪ ਤਾਂ ਕੀ ਹੋ ਸਕਦਾ ਜੀ। ਮੈਂ ਤਾਂ ਇਹ ਵੀ ਕਹਿਣਾ ਜੀ ਹਰ ਸ਼ਹਿਰ ਦੇ ਵਿੱਚ ਜਾ ਕੇ ਵੀ ਜੇ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਬੰਦਾ ਨਸ਼ਾ ਵੇਚਦਾ ਤਾਂ ਤੁਸੀਂ ਤੁਰੰਤ ਉਹਦੇ ਉੱਪਰ ਕਾਰਵਾਈ ਕਰੋ ਔਰ ਉਹਨਾਂ ਦੀ ਜਾ ਕੇ ਸ਼ਿਕਾਇਤ ਕਰੋ ਥਾਣੇ ਦੇ ਵਿੱਚ। ਜੇ ਤੁਸੀਂ ਸ਼ਿਕਾਇਤ ਨਹੀਂ ਕਰੋਗੇ, ਜੇ ਤੁਸੀਂ ਇਹ ਸੋਚੋਗੇ ਵੀ ਚੱਲ ਯਾਰ ਸਾਡੇ ਗੁਆਂਢ ਦੇ ਵਿੱਚ ਨਸ਼ਾ ਵਿਕਦਾ, ਅਸੀਂ ਕੀ ਲੈਣਾ, ਜੇ ਕੱਲ੍ਹ ਨੂੰ ਉਹ ਨਸ਼ਾ ਤੁਹਾਡੇ ਘਰ ਵੜ ਗਿਆ ਤਾਂ ਕੀ ਕਰੋਗੇ। ਕਹਿੰਦੇ ਸੋਹਣੇ ਪੁੱਤਾਂ ਦਾ ਮਾਂ ਨੂੰ ਫਕਰ ਹੁੰਦਾ ਹੈ, ਮਾਂ ਪੁੱਤਾਂ ਨੂੰ ਵੇਖ ਕੇ ਫੁੱਲ ਜਾਂਦੀ, ਧੀਆਂ ਹੋਣ ਕਮਾਂਦਰੂ ਜਿਸ ਘਰ ਵਿੱਚ ਉਸ ਮਾਂ ਦੀ ਲਾਟਰੀ ਖੁੱਲ ਜਾਂਦੀ। ਉਹ ਇਹ ਪਤਾ ਲੱਗਦਾ ਵਤਨ 'ਤੇ ਯੋਧਿਆਂ ਦਾ, ਜਦੋਂ ਹਨੇਰੀ ਕੋਈ ਵਤਨ 'ਤੇ ਝੁੱਲ ਜਾਂਦੀ, ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਨਸ਼ਿਆਂ ਵਿੱਚ ਰੁੜ ਜਾਂਦੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਸਾਰਾ ਪੰਜਾਬ ਆਪਣਾ
ਨਸ਼ੇ ਦੀ ਦਲਦਲ 'ਚ ਫਸ ਚੁੱਕਿਆ। ਕੋਈ ਸਰਕਾਰਾਂ ਇਹਨੂੰ ਠੀਕ ਨਹੀਂ ਕਰ ਸਕਦੀਆਂ, ਨਾ ਜਾਣ ਵਾਲੀਆਂ ਸਰਕਾਰਾਂ ਨਾ ਆਉਣ ਵਾਲੀਆਂ ਸਰਕਾਰਾਂ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ, ਆਪਾਂ ਨੂੰ ਆਪਦਾ ਆਪਣਾ ਅੱਗਾ ਆਪੇ ਸਾਫ ਕਰਨਾ, ਜੇ ਆਪਦੇ ਬੱਚਿਆਂ ਨੂੰ ਬਚਾਉਣਾ ਹੈ ਤੇ ਅੱਗੇ ਆਉਣਾ ਪੈਣਾ। ਮੈਂ ਸਮਝਦਾ ਜੋ ਜਵਾਨੀ ਪੰਜਾਬ ਦੀ ਸੀ, ਮੇਰਾ ਖਿਆਲ ਹੈ ਕਿ ਉਹ ਜ਼ਿਆਦਾ ਤੱਕ ਕੈਨੇਡਾ ਨਹੀਂ ਕਰੇਗਾ। ਹਾਂ ਜੀ ਸਹੀ ਗੱਲ ਹੈ। ਜੇ ਕੋਈ ਬੱਚਿਆ ਜੇ ਕੋਈ ਜਵਾਨੀ ਆਪਣੀ ਵੇਖਣੀ ਚਾਹੁੰਦੇ ਆ, ਉਹ ਨਸ਼ਿਆਂ ਦੀ ਦਲਦਲ 'ਚ ਫਸ ਗਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਪਾਂ ਰਲ ਮਿਲ ਕੇ ਇੱਕ ਇੱਕ ਬੰਦਾ ਚਾਹੇ ਇੱਕ ਇੱਕ ਬੰਦੇ ਨੂੰ ਨਸ਼ਾ ਛਡਾ ਦੇਵੇ, ਆਪਾਂ ਆਪਦੇ ਆਪ ਨੂੰ ਸੌਭਾਗਵਤੀ ਸਮਝਾਂਗੇ। ਸਾਰੇ ਰਲ ਮਿਲ ਕੇ ਉਦਮ ਕਰਨਗੇ ਤੇ ਇਹ ਸ਼ੋਅ ਵੀ ਸਫਲ ਹੋ। ਸਰਕਾਰਾਂ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਆਪਾਂ ਲੋਕਾਂ ਨੂੰ, ਆਪਣੀ ਲੜਾਈ ਆਪਾਂ ਨੂੰ ਆਪ ਲੜਨੀ ਚਾਹੀਦੀ ਹੈ। ਮੈਂ ਤਹਿ ਦਿਲੋਂ ਧੰਨਵਾਦ ਆ ਸਿੱਖੀ ਸਾਹਿਬ ਦਾ, ਜਿਹਨੇ ਸਾਰੇ ਪੰਜਾਬ ਦੇ ਪ੍ਰੋਗਰਾਮ ਕੀਤੇ। ਅਸੀਂ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਫਰੀਦਕੋਟ ਦੇ ਵਿੱਚ ਆਓ, ਸਾਡੇ ਫਰੀਦਕੋਟ ਦੇ ਵਿੱਚ ਬਹੁਤ ਨਸ਼ਾ ਹੈ। ਮੈਂ ਸਾਰਿਆਂ ਨੂੰ, ਹੁਣ ਤਾਂ ਪੰਜਾਬ ਪੁਲਿਸ ਨੇ ਪੂਰੀ ਸਖ਼ਤ ਹੋਈ ਹੈ, ਉਹਨਾਂ ਨੇ ਆਪਦੇ ਥਾਂ ਥਾਂ ਦੇ ਨੰਬਰ ਲਿਖੇ ਹੈ। ਜੇ ਕੋਈ ਤੁਹਾਡੇ ਨਗਰ ਦੇ ਵਿੱਚ ਮੁਹੱਲੇ ਦੇ ਵਿੱਚ ਕੋਈ ਨਸ਼ਾ ਵੇਚਦਾ, ਤੁਰੰਤ ਐਸ ਐਸ ਸਾਹਿਬ ਇਮਾਨਦਾਰ ਐਸ ਐਸ ਪੀ ਵੀ ਆਇਆ, ਪਹਿਲਾਂ ਨਾਨ ਸਾਹਿਬ ਇੱਥੇ ਹੋ ਕੇ ਗਏ ਆ, ਰਹਿ ਕੇ ਗਏ ਆ, ਉਹਨਾਂ ਨੇ ਨਸ਼ੇ ਦੇ ਖਿਲਾਫ਼ ਬਹੁਤ ਕਾਰਵਾਈ ਕੀਤੀ ਹੈ, ਇਹ ਵੀ ਕਾਰਵਾਈ ਕਰਨਗੇ। ਮੈਂ ਭਰੋਸਾ ਦਿੰਦਾ ਤੁਹਾਨੂੰ, ਪੁਲਿਸ ਦੀ ਮਦਦ ਹੈ ਕਿ ਆਪਾਂ ਇਹ ਸਾਰਾ ਕੰਮ ਕਰਨਾ ਤੇ ਆਪਦੇ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਸੱਚ ਦਾ ਸੁਨੇਹਾ ਨਿਊਜ਼।